ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਰੁੜਕਾ ਕਲਾਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ। ਖੇਤੀਬਾੜੀ ਅਫਸਰ ਡਾਕਟਰ ਰਣਜੀਤ ਸਿੰਘ ਚੌਹਾਨ ਦੇ ਉਦਮ ਸਦਕਾ ਇਹ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਨੇ ਭਾਗ ਲਿਆ। ਇਸ ਮੌਕੇ ਪਿੰਡ ਦੀਆਂ ਔਰਤਾਂ, ਬੱਚਿਆਂ ਤੇ ਕੁੜੀਆਂ ਵੱਲੋਂ ਪਿੰਗਾਂ ਝੂਟੀਆਂ ਗਈਆਂ ਅਤੇ ਪੰਜਾਬੀ ਸੱਭਿਆਚਾਰਕ ਬੋਲੀਆਂ ਤੇ ਗਿੱਧਾ ਵੀ ਪਾਇਆ ਗਿਆ। ਤੀਆਂ ਦਾ ਤਿਉਹਾਰ ਕੁੜੀਆਂ ਦਾ ਤਿਉਹਾਰ ਹੈ, ਇਸ ਵਿੱਚ 95 ਸਾਲਾਂ ਦੀ ਬਜ਼ੁਰਗ ਔਰਤ ਨੇ ਵੀ ਹਿੱਸਾ ਲਿਆ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਰੋ ਤਾਜ਼ਾ ਕਰਦਿਆਂ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ। ਇਸ ਮੌਕੇ ਆਏ ਹੋਏ ਲੋਕਾਂ ਲਈ ਪਕੌੜਿਆਂ ਤੇ ਮਾਲ ਪੂੜਿਆਂ ਦੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਪ੍ਰੋਗਰਾਮ ਖੂਬ ਰੌਣਕ ਨਾਲ ਮਨਾਇਆ ਗਿਆ।
ਕਰੋ ਸਰਪੰਚ ਸਾਹਿਬ ਨੂੰ। ਮੈਂ ਨਾਨੀ ਤੇ
ਅੱਜ ਰੁੜਕਾ ਕਲਾਂ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਰੁੜਕਾ ਕਲਾਂ ਦੀਆਂ ਬੀਬੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਜਦੋਂ ਗਿੱਧਾ ਪਾਇਆ ਗਿਆ ਬੀਬੀਆਂ ਵੱਲੋਂ ਅਤੇ ਬੋਲੀਆਂ ਸੁਹਾਗ ਗਾਏ ਗਏ, ਅਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਆਪਣੇ ਵਿਰਸੇ ਨੂੰ, ਆਪਣੇ ਪੁਰਾਤਨ ਕਲਚਰ ਨੂੰ ਸਾਂਭ ਕੇ ਰੱਖਣ ਦਾ। ਅਤੇ ਮੈਂ ਸਮੂਹ ਪੰਚਾਇਤ ਵੱਲੋਂ, ਗ੍ਰਾਮ ਪੰਚਾਇਤ ਰੁੜਕਾ ਕਲਾਂ ਵੱਲੋਂ ਇਹਨਾਂ ਦਾ ਇਹ ਬਹੁਤ ਬਹੁਤ ਧੰਨਵਾਦ ਹੈ ਖੇਤੀਬਾੜੀ ਵਿਭਾਗ ਦੇ, ਜਿਨ੍ਹਾਂ ਨੇ ਅੱਜ ਤੀਆਂ ਦਾ ਤਿਉਹਾਰ ਲਗਾਇਆ। ਅਤੇ ਸਾਡੇ ਦਫ਼ਤਰ ਦਾ ਨਾਮ ਹੈਗਾ ਖੇਤੀਬਾੜੀ ਰੁੜਕਾ ਕਲਾਂ, ਠੀਕ ਹੈ ਜੀ। ਇਸ ਵਿੱਚ ਅਸੀਂ ਹਰ ਸਾਲ ਤੀਆਂ ਦਾ ਪ੍ਰੋਗਰਾਮ ਮਨਾਉਂਦੇ ਹਾਂ, ਜਿਹਦੇ ਵਿੱਚ ਅਸੀਂ ਜੋ ਨਵੀਆਂ ਵਿਆਹੀਆਂ ਕੁੜੀਆਂ ਆ ਸਹੁਰਿਆਂ ਦੇ ਘਰਾਂ ਤੋਂ ਆ ਕੇ ਆਉਂਦੀਆਂ ਇੱਥੇ ਮੇਲਾ ਦੇਖਣ ਵਾਸਤੇ, ਅਤੇ ਜੋ ਪਿੰਡ ਦੇ ਵਿੱਚ ਕੁੜੀਆਂ ਨੂੰਹਾਂ ਅਤੇ ਹੋਰ ਨਵੀਆਂ ਵਿਆਹੀਆਂ ਵਹੁਟੀਆਂ ਹੁੰਦੀਆਂ ਆ, ਅਤੇ ਸਾਰੀਆਂ ਜਾਣੀਆਂ ਅਸੀਂ ਆਪ ਵੀ ਕੁਆਰੀਆਂ ਕੁੜੀਆਂ ਸਾਰੀਆਂ ਜਾਣੀਆਂ ਅਸੀਂ ਇੱਥੇ ਤੀਆਂ ਦੇ ਮੇਲੇ ਦਾ ਆਨੰਦ ਮਾਣਦੇ ਹਾਂ। ਹਰ ਵੇਲੇ ਹਰ ਸਾਲ ਅਸੀਂ ਤੀਆਂ ਲਾਉਂਦੇ ਹਾਂ, ਜਿਹਦੇ ਵਿੱਚ ਬਹੁਤ ਹੀ ਗਿੱਧਾ, ਭੰਗੜਾ, ਘੋੜੀਆਂ, ਹੋਰ ਸੁਹਾਗ ਵਗੈਰਾ ਬਹੁਤ ਕੁਛ ਲੇਡੀਜ਼ ਗਾਉਂਦੀਆਂ ਨੇ, ਅਤੇ ਬਹੁਤ ਵਧੀਆ ਅਸੀਂ ਇੱਥੇ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਂਦੇ।